एक शख्स का कतल करने वाले दो निहंग सिंघां नूं पुलिस ने काबू कर लिया है। दस दिए कि चार दिन पहला पट्टी दे विच कई निहंग सिंघ घर दे विच दाखल हो गए सन, जिस दौरान उन्हां दी उत्थे झड़प हो गई ते दो व्यक्तियों का गुट वड़ दिता सी, प्यो पुत का गुट वड़ दिता सी। तीन लोग इस दे विच जख्मी हो गए सी, जिस दे विच प्यो की मौत हो गई सी। शमी कुमार नां दे शख्स की मौत हो गई सी अते उसका पुत्र गंभीर जख्मी सी, जिसनूं हॉस्पिटल च भर्ती करवाया गया सी। ते हुण इस मामले दे विच पुलिस ने दो निहंग सिंघां नूं काबू कर लिया। दस्या जा रहा है कि इन्हां नूं करतारपुर दे नेड़ेओं काबू किया गया अते जदों पुलिस इन्हां नूं काबू करन दी कोशिश करदी तां इन्हां ने गड्डी भजा लई अते इन्हां नूं इनोवा गड्डी समेत काबू किया गया। तां इक शख्स दा इन्हां दे वल्लों कतल कर दिता गया सी ते हुण पुलिस ने दो निहंग सिंघां नूं इस दे विच काबू कर लिया, जिन्हां दी पहचान परमिंदर सिंह अते राजन सिंह वजों हुई है। इस दे नाल ही पुलिस ने इन्हां नूं अदालत विच पेश करके चार दिनां दा रिमांड भी हासिल कर लिया अते इनोवा गड्डी समेत दोवां नूं गिरफ्तार किया है। प्यो पुत दा गुट वड के फरार होए सी, जिस वारदात दे दौरान प्यो दी मौत हो गई सी, पुत्र गंभीर जख्मी हो गया सी। पट्टी पुलिस दे वल्लों इन्हां नूं गिरफ्तार किया गया तां तरन तारण दे पट्टी दे विच निहंग सिंघां दे वल्लों एक शख्स का कतल किया गया सी। हालांकि दस्या जा रहा है कि पैसों का लैण देण सी अते कार्रवाई ना होण दे जिहड़ा पीड़ित धिर है उस दे वल्लों धरना भी लाया गया सी, पर पुलिस ने हुण दो निहंग सिंघां नूं काबू कर लिया जदके बाकियां दी भाल कीती जा रही है। इहदे जी कुछ निहंग सिंघ सीगे जदों अज तों चार दिन पहले ਇਹ ਪੱਟੀ ਉੱਥੇ ਕਰਿਆਨੇ ਦੀ ਦੁਕਾਨ ਹੈ ਉਹਦੇ ਘਰੇ ਜਾਂਦੇ ਆ ਸ਼ਮੀ ਕਪੂਰ ਨਾਂ ਦੇ ਵਿਅਕਤੀ ਦੇ, ਔਰ ਉੱਥੇ ਜਾ ਕੇ ਜਦੋਂ ਵੀਡੀਓ ਵੀ ਤੁਸੀਂ ਦੇਖੀਆਂ ਹੋਣਗੀਆਂ ਜਿਹੜੀਆਂ ਯੂਟਿਊਬ ਵਗੈਰਾ 'ਤੇ ਚੱਲੀਆਂ ਸੀ ਕਿ ਉੱਥੇ ਕੋਈ ਸਕਫਲ ਹੁੰਦੀ ਹੈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ, ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਤੋਂ ਬਾਹਰ ਨਿਕਲ ਆਉਂਦੇ ਆ, ਬਾਹਰ ਨਿਕਲ ਕੇ ਫਿਰ ਉੱਥੇ ਜਦੋਂ ਕੋਈ ਬਹਿਸ ਵਸਾਈਆ ਹੁੰਦਾ ਇਹਨਾਂ ਦਾ ਆਪਸ 'ਚ, ਤਾਂ ਉੱਥੇ ਜਿਹੜਾ ਇਹ ਪਰਮਿੰਦਰ ਸਿੰਘ ਔਰ ਏਲੀਅਸ ਧਰਮਿੰਦਰ ਹੈਗਾ, ਇਹ ਉਹਦਾ ਸ਼ਮੀ ਦਾ ਗੁੱਟ ਵੱਢ ਦਿੰਦਾ, ਜਿਹਦੇ ਐਕਸੈਸਿਵ ਬਲੀਡਿੰਗ ਦੇ ਨਾਲ ਉਹਨਾਂ ਦੀ ਹੋਸਪਿਟਲ 'ਚ ਜਾ ਕੇ ਮੌਤ ਹੋ ਜਾਂਦੀ ਹੈ, ਔਰ ਉਹਨਾਂ ਦੇ ਬੇਟੇ ਅਤੇ ਉਹਨਾਂ ਦੇ ਇੱਕ ਬ੍ਰਦਰ ਦੇ ਛੋਟੇ ਦੇ ਉਹਦੇ ਮਾਈਨਰ ਇੰਜਰੀਜ਼ ਆਉਂਦੀਆਂ, ਅਤੇ ਇਮੀਡੀਏਟਲੀ ਜਿਹੜੀ ਹੈ ਸਾਡੀ ਪੁਲਿਸ ਪਾਰਟੀਜ਼ ਇਹਨਾਂ ਦੇ ਪਿੱਛੇ ਚੜ੍ਹ ਜਾਂਦੀਆਂ, ਔਰ ਕਿਉਂਕਿ ਥੋੜ੍ਹਾ ਜਿਹਾ ਵਕਤ ਦਾ ਵਕਫਾ ਪੈ ਗਿਆ ਅਤੇ 15-20 ਕਿਲੋਮੀਟਰ ਸਾਡੀ ਪਾਰਟੀ ਪਿੱਛੇ ਪਿੱਛੇ ਸੀ ਜਿੱਥੇ ਅੱਗੇ ਜਾ ਰਹੇ ਸੀ, ਔਰ ਕਾਫੀ ਲੋਕਾਂ ਨੇ ਵੀ ਸਾਥ ਦਿੱਤਾ ਸੀ ਕਿ ਇੱਧਰ ਗਏ ਇੱਧਰ ਗਏ, ਬਟ ਇੱਕ ਜਗ੍ਹਾ 'ਤੇ ਜਾ ਕੇ ਜਦੋਂ ਇਹ ਟਾਂਡੇ ਇਹਨਾਂ ਨੇ ਨਾਕਾ ਤੋੜਿਆ ਉਸ ਤੋਂ ਬਾਅਦ ਅੱਗੇ ਇਹਨਾਂ ਦਾ ਇਹ ਟਰੈਕ ਨਹੀਂ ਹੋ ਸਕੇ ਸਾਡੇ ਤੋਂ, ਬਟ ਸਾਨੂੰ ਉਹ ਏਰੀਆ ਜਿਹੜਾ ਸੀਗਾ 50 ਕਿਲੋਮੀਟਰ ਦੇ ਰੇਡੀਅਸ 'ਚ ਸਾਨੂੰ ਪਤਾ ਸੀ ਕਿਤੇ ਨਾ ਕਿਤੇ ਲੁਕੇ ਹੋਣਗੇ, ਅਤੇ ਸਾਡੀਆਂ ਪੁਲਿਸ ਪਾਰਟੀਆਂ ਉੱਦਣ ਤੋਂ ਹੀ ਕਿਤੇ ਆਨੰਦਪੁਰ ਸਾਹਿਬ ਦੂਜੇ ਤੀਜੇ ਸਾਰੇ ਡੇਰੇ ਔਰ ਉਹ ਚੈੱਕ ਕਰ ਰਹੀਆਂ ਸੀ, ਅਤੇ ਅੱਜ ਸਵੇਰੇ ਇੱਕ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਦਾ ਟਾਕਰਾ ਇਹਨਾਂ ਨਾਲ ਹੋ ਗਿਆ ਇੱਕ ਜਗ੍ਹਾ 'ਤੇ ਜਿੱਥੇ ਲੁਕੇ ਹੋਏ ਸੀ, ਅਤੇ ਉੱਥੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੇ ਪਿੱਛਾ ਕਰਕੇ ਇਹਨਾਂ ਦਾ ਫੜ ਲਿਆ, ਔਰ ਇਹ ਦੋ ਜਣੇ ਰਾਜਨ ਅਤੇ ਪਰਮਿੰਦਰ ਏਸ ਧਰਮਿੰਦਰ ਇੱਕ ਜਿਹੜਾ ਹੈਗਾ ਇਹ ਬਲਟੋਏ ਦਾ ਹੈਗਾ, ਪਰ ਹਾਲ ਇਹ ਗੁਰਦੁਆਰਾ ਸਾਹਿਬ ਜਿਹੜਾ ਡੇਰਾ ਹੈਗਾ ਨਿਹੰਗਾਂ ਜੇਲ੍ਹ ਗੋਇੰਦਵਾਲ ਦੇ ਪਿੱਛੇ ਉੱਥੇ ਰਹਿ ਰਿਹਾ, ਔਰ ਦੂਜਾ ਇਹਦੇ ਨਾਲ ਰਾਜਨ, ਅਤੇ ਚਾਰ ਬੰਦੇ ਹਜੇ ਹੋਰ ਫੜਨੇ ਬਾਕੀ ਹੈ। ਜਿਹੜੀ ਕ੍ਰਾਈਮ 'ਚ ਗੱਡੀ ਯੂਜ਼ ਹੋਈ ਉਹ ਫੜੀ ਗਈ, ਦੋਨੋਂ ਮੁਲਜ਼ਮ, ਦੋ ਮੁਲਜ਼ਮ, ਇੱਕ ਮੇਨ ਮੁਲਜ਼ਮ ਜਿਹਨੇ ਤਲਵਾਰ ਮਾਰੀ ਸੀ ਉਹ ਫੜਿਆ ਗਿਆ, ਅਤੇ ਵੈਪਨ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਇਹਨਾਂ ਤੋਂ, ਅਤੇ ਇਹਨਾਂ ਨੂੰ ਪੇਸ਼ ਕਰਕੇ ਚਾਰ ਦਿਨ ਦਾ ਅਸੀਂ ਰਿਮਾਂਡ ਲੈ ਲਿਆ। ਹਾਂਜੀ, ਕਰਤਾਰਪੁਰ ਗੱਡੀ ਵੀ ਮਿਲਦੀ।